ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇੱਕ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿੰਨਾ ਵੀ ਕੈਂਡੀਡੇਟਸ ਨੇ ਪੰਜਾਬ ਪੁਲਿਸ ਦਾ ਡਿਸਟ੍ਰਿਕਟ ਕੈਡਰ ਤੇ ਆਰਮਡ ਕੈਡਰ ਦਾ ਜਿਹੜਾ ਫਾਰਮ ਅਪਲਾਈ ਕੀਤਾ ਸੀਗਾ ਠੀਕ ਹੈ ਜਿਹਦੇ ਵਿੱਚ 4362 ਪੋਸਟਾਂ ਸੀ ਉਹਦੇ ਸਬੰਧ ਦੇ ਵਿੱਚ ਕੁਝ ਕੈਂਡੀਡੇਟਸ ਨੂੰ ਮੇਲ ਆ ਰਹੀ ਹੈ ਉਹ ਮੇਲ ਦਾ ਮਤਲਬ ਕੀ ਹੈ ਠੀਕ ਹੈ ਉਹ ਮੇਲ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਹੜੇ ਡਾਕੂਮੈਂਟ ਤੁਹਾਡੇ ਕਲੀਅਰ ਨਹੀਂ ਆ ਠੀਕ ਹੈ ਭਾਵ ਕਿ ਕੋਈ ਫੋਟੋ ਹੈ ਇਹ ਫੋਟੋ ਤੁਸੀਂ ਸਹੀ ਅਪਲੋਡ ਨਹੀਂ ਕੀਤੀ ਡਾਈਮੈਂਸ਼ਨਸ ਉਹਦੀਆਂ ਸਹੀ ਨਹੀਂ ਹੈਗੀਆਂ ਜਾਂ ਫਿਰ ਕੋਈ ਤੁਹਾਡਾ ਸਰਟੀਫਿਕੇਟ ਹੈ ਕੈਟਾਗਰੀ ਦੇ ਰਿਲੇਟਡ ਉਹ ਰਹਿ ਗਿਆ ਅਪਲੋਡ ਕਰਨਾ ਜਿਹਦੇ ਵਿੱਚ ਬੇਸਿਕਲੀ ਜਿਹੜਾ ਜ਼ਿਆਦਾਤਰ ਈਡਬਲਯੂਐਸ ਦਾ ਸਰਟੀਫਿਕੇਟ ਹੈ ਕਿਉਂਕਿ ਜਦੋਂ ਪਹਿਲਾਂ ਇਹ ਫਾਰਮ ਭਰੇਗੇ ਸੀ ਉਦੋਂ ਈਡਬਲਯੂਐਸ ਸਰਟੀਫਿਕੇਟ ਅਪਲੋਡ ਕਰਨ ਦੀ ਆਪਸ਼ਨ ਨਹੀਂ ਸੀਗੀ ਤੇ ਹੁਣ ਉਹ ਆਪਸ਼ਨ ਆ ਗਈ ਆ ਤੇ ਉਹਦੇ ਕਰਕੇ ਜ਼ਿਆਦਾਤਰ ਕੈਂਡੀਡੇਟ ਉਹ ਨੇ ਜਿਹੜੇ ईडब्ल्यूएस ਨੂੰ ਬਿਲੋਂਗ ਕਰਦੇ ਨੇ ਤੇ ਉਹਨਾਂ ਨੂੰ ਮੇਲ ਆ ਰਹੀ ਆ ਬਾਕੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਕਿੱਦਾਂ ਚੈੱਕ ਕਰਨਾ ਕਿ ਉਹਨਾਂ ਨੇ ਕੀ ਅਪਲੋਡ ਕਰਨਾ ਉਹਦੇ ਲਈ ਤੁਸੀਂ ਜਦੋਂ ਆਪਣੀ ਮੇਲ ਖੋਲ ਕੇ ਦੇਖੋਗੇ ਨਾ ਜਿੰਨਾਂ ਜਿੰਨਾਂ ਨੂੰ ਮੇਲ ਆਈ ਆ ਸਿਰਫ ਉਹਨਾਂ ਨੇ ਹੀ ਅਪਲੋਡ ਕਰਨੇ ਆ ਤੇ ਉਹਨਾਂ ਨੂੰ ਹੀ ਲੌਗਇਨ ਕਰਨ ਤੋਂ ਬਾਅਦ ਐਡਿਟ ਦੀ ਆਪਸ਼ਨ ਸ਼ੋ ਹੋਏਗੀ ਠੀਕ ਹੈ ਜੇ ਤੁਹਾਨੂੰ ਐਡਿਟ ਦੀ ਆਪਸ਼ਨ ਸ਼ੋ ਹੋ ਰਹੀ ਹੈ ਤਾਂ ਇਹਦਾ ਮਤਲਬ ਤੁਸੀਂ ਆਪਣਾ ਡਾਕੂਮੈਂਟ ਜਿਹੜੇ ਅਪਲੋਡ ਕਰਨੇ ਆ ਦੁਬਾਰਾ ਤੇ ਉਹਨਾਂ 'ਚ ਅਪਲੋਡ ਕੀ ਕਰਨੇ ਆ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਯੂ ਆਰ ਰਿਕਵੈਸਟਡ ਟੂ ਇਮੀਡੀਏਟਲੀ ਸਬਮਿਟ ਦਾ ਫੋਲੋਇੰਗ ਠੀਕ ਹੈ ਸਭ ਤੋਂ ਪਹਿਲੀ ਕੀ ਆ ਕਲੀਅਰ ਫੋਟੋਗ੍ਰਾਫ ਤੁਸੀਂ ਅਪਲੋਡ ਕਰਨਾ ਜੋ ਵੀ ਇਹਨਾਂ ਦੀਆਂ ਡਾਈਮੈਂਸ਼ਨ ਸੀਗੀਆਂ ਕਿ 100 KB ਤੋਂ 80 KB ਤੋਂ ਉੱਪਰ ਹੋਣੀ ਚਾਹੀਦੀ ਆ ਠੀਕ ਹੈ ਜੇਪੀ ਜੇਪੀ ਜੀ ਜਾਂ ਤੜੀ ਜੇਪੀਜੀ ਫਾਰਮੈਟ ਦੇ ਵਿੱਚ ਹੋਣੀ ਚਾਹੀਦੀ ਹੈ ਦੂਜਾ ਇਹਨਾਂ ਲਿਖਿਆ ਆਲ ਡਾਕੂਮੈਂਟਸ ਮੇ ਬੀ ਅਪਲੋਡਡ ਐਸ ਸਪੈਸੀਫਾਈਡ ਇਨ ਐਪਲੀਕੇਸ਼ਨ ਫਾਰਮ ਠੀਕ ਹੈ ਜਿਹੜੇ ਵੀ ਡਾਕੂਮੈਂਟਸ ਨੇ ਉਹ ਅਪਲੋਡ ਕਰਨੇ ਨੇ ਜੋ ਵੀ ਸਪੈਸੀਫਾਈ ਉਹਨਾਂ ਵੱਲੋਂ ਕੀਤੇ ਗਏ ਨੇ ਠੀਕ ਆ ਜਦੋਂ ਤੁਸੀਂ ਐਡਿਟ ਦੀ অপਸ਼ਨ ਕਰਕੇ ਉਹਨੂੰ ਓਪਨ ਕਰੋਗੇ ਨਾ ਉੱਥੇ ਤੁਹਾਨੂੰ ਸ਼ੋ ਹੋ ਜਾਏਗਾ ਜਿਹੜੇ AWS ਵਾਲੇ ਨੇ ਉਹਦਾ AWS ਆਪਣਾ ਪੱਕਾ ਹੀ ਅਪਲੋਡ ਕਰੋ ਤੇ ਜਿਹੜੇ ਬਾਕੀ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਵੀ ਐਡਿਟ ਦੀ অপਸ਼ਨ ਸ਼ੋ ਹੋ ਰਹੀ ਆ ਇੱਕ ਵਾਰ ਸਾਰੇ ਡਾਕੂਮੈਂਟ ਆਪਣੇ ਦੁਬਾਰਾ ਅਪਲੋਡ ਕਰ ਦਿਓ ਠੀਕ ਆ ਕਿਉਂਕਿ ਕੱਲ ਨੂੰ ਤੁਹਾਡੇ ਐਡਮਿਟ ਕਾਰਡ ਆਉਣ ਦੇ ਵਿੱਚ ਦਿੱਕਤ ਆ ਸਕਦੀ ਆ ਠੀਕ ਆ ਕਰਨਾ ਸਿਰਫ ਉਹਨਾਂ ਨੇ ਹੀ ਆ ਜਿਨ੍ਹਾਂ ਨੂੰ ਮੇਲ ਆ ਰਹੀ ਆ ਤੇ ਜਿਨ੍ਹਾਂ ਨੂੰ ਐਡਿਟ ਦੀ অপਸ਼ਨ ਸ਼ੋ ਹੋ ਰਹੀ ਆ ਲੌਗਇਨ ਕਰਨ ਤੋਂ ਬਾਅਦ ਡਿਸਟ੍ਰਿਕਟ ਕੈਡਰ ਤੇ ਆਰਮ ਧੰਵਾ ਦੋਸਤੋ ਤੇ ਇੱਕ ਇਹਦੀ ਇੱਕ ਗੱਲ ਹੋਰ ਦੱਸ ਸਮਝ ਦੀ ਲਾਸਟ ਡੇਟ ਕੱਲ ਦੀ ਆ ਕੱਲ ਸ਼ਾਮ 5 ਵਜੇ ਤੱਕ ਅਪਲੋਡ ਕਰਨਾ ਉਸ ਤੋਂ ਪਹਿਲਾਂ ਪਹਿਲਾਂ ਕਰ ਦਿਓ 올 ది ਬੈਸਟ